ਸਤਿ ਸ਼੍ਰੀ ਅਕਾਲ ਜੀ ਚੋਣਾਂ ਦਾ ਮਾਹੌਲ ਗਰਮ ਹੈ ਅਸੀਂ ਰਾਜਨੀਤਿਕ ਪਾਰਟੀਆਂ ਨੂੰ ਵੀ ਦੋਸ਼ ਦੇਈ ਜਾਂਦੇ ਆ ਜਾਂ ਕੁਝ ਖਾਣ ਪੀਣ ਵਾਲਿਆਂ ਨੂੰ ਵੀ ਦੋਸ਼ ਦੇਈ ਜਾਂਦੇ ਆ ਅੱਜ ਕੀ ਅੱਜ ਵੀ ਆਪਾਂ ਤਿੰਨਕ ਗੱਲਾਂ ਕਰਾਂਗੇ ਜੀ ਦੇ ਵਿੱਚ ਅਸੀਂ ਵੀ ਲਪੇਟੇ ਚ ਆਪਣੇ ਆਪ ਨੂੰ ਲੰਮਾਂਗੇ ਰਾਜਨੀਤਿਕ ਪਾਰਟੀਆਂ ਨੂੰ ਵੀ ਲਾਵਾਂਗੇ ਪਹਿਲਾਂ ਤਾਂ ਅਸੀਂ ਇਹ ਸਮਝ ਲਈਏ ਵੀ ਅਸੀਂ ਹਰ ਇੱਕ ਬੰਦਾ ਇਹ ਆਪਣੇ ਆਪ ਤਹੀ ਸੋਚੇ ਫੇਰ ਜਿਹੜਾ ਨਤਾਰਾ ਉਹਦਾ ਹੋ ਜੂਗਾ ਵੀ ਅਸੀਂ ਸਮਾਜ ਦੇ ਕਿਸ ਪਾਸੇ ਕਿਸ ਦਾ ਬੈਠਦੇ ਆਂਗੇ ਸਭ ਤੋਂ ਸਾਡਾ ਪਹਿਲਾ ਵੀ ਸਾਡੀ ਵੋਟ ਦਾ ਹੱਕਦਾਰ ਕੌਣ ਹੈ ਸਾਨੂੰ ਇਹ ਪਛਾਣਨਾ ਪੈਣਾ ਹੈ ਵੀ ਸਾਡੀ ਜਿਹੜਾ ਵੋਟ ਦਾ ਮੇਰੀ ਵੋਟ ਹੈ ਜੋ ਮੇਰੀ ਵਿਚਾਰਧਾਰਾ ਹੈ ਜਾਂ ਸਮਾਜ ਪ੍ਰਤੀ ਮੇਰਾ ਨਜ਼ਰੀਆ ਹੈ ਜਾਂ ਉਹਨੂੰ ਮੈਂ ਪਹਿਲਾਂ ਮੈਂ ਦੇਖਾਂ ਫਿਰ ਦੇਖਾਂ ਵੀ ਉਹ ਦਾ ਹੱਕਦਾਰ ਹੈ ਕੌਣ ਉਹ ਉਹ ਤੁਹਾਡੀ ਸੋਚ ਦੇ ਨਾਲ ਉਹ ਉਹਦੀ ਪਾਰਟੀ ਦੀ ਵਿਚਾਰਧਾਰਾ ਮੇਲ ਖਾਂਦੀ ਹੈ ਜਾਂ ਨਹੀਂ ਖਾਂਦੀ ਇਹ ਸਾਰਾ ਕੁਝ ਪਛਾਣਨ ਦੇ ਲਈ ਸਾਨੂੰ ਜਿਹੜਾ ਆਪਣੇ ਹੱਕਾਂ ਦੇ ਨਾਲ ਨਾਲ ਸਾਨੂੰ ਜਿਹੜੇ ਆਪਣੇ ਫਰਜ਼ ਪਛਾਣਨੇ ਪੈਣਗੇ ਜਦੋਂ ਅਸੀਂ ਆਪਣੇ ਫਰਜ਼ ਪਛਾਣ ਲੈਂਦੇ ਆ ਤਾਂ ਹੱਕ ਬਿਲਕੁਲ ਆਪਣੇ ਆਪ ਨੇਤਰ ਕੇ ਸਾਹਮਣੇ ਆ ਜਾਂਦੇ ਨੇ ਫਿਰ ਹੱਕ ਮੰਗਣ ਦੀ ਲੋੜ ਨਹੀਂ ਪੈਂਦੀ ਦੂਜਾ ਜੇ ਅਸੀਂ ਮਤਲਬ ਚੱਲਦੇ ਆ ਵੋਟ ਸਰਕਾਰ ਬਣ ਵੀ ਜਾਂਦੀ ਹੈ ਸਾਰਾ ਕੁਝ ਹੋ ਜਾਂਦਾ ਹੈ ਚਾਹੇ ਉਹ ਪੰਜਾਬ ਦੀ ਸਰਕਾਰ ਬਣੇ ਚਾਹੇ ਦਿੱਲੀ ਦੀ ਬਣੇ ਤਾਂ ਜਿਹੜੇ ਦਫਤਰੀ ਕੰਮਾਂ ਦੇ ਵਿੱਚ ਹੁੰਦੀ ਖੱਜਲ ਖਵਾਰੀ ਜਿਹੜੀ ਉਹਦੇ ਵਿੱਚ ਸਾਡਾ ਆਪਣਾ ਕਿੰਨਾ ਕੁ ਹਿੱਸਾ ਹੈ ਅਸੀਂ ਕੱਲੇ ਐਮਐਲਏ ਐਮਪੀ ਨੂੰ ਐਮਸੀਆਂ ਨੂੰ ਪੰਚਾਇਤ ਸਰਪੰਚਾਂ ਨੂੰ ਦੋਸ਼ ਦੇ ਲਾਂਦੇ ਆਂ ਕਈ ਵਾਰੀ ਕਿਉਂਕਿ ਉਹ ਸਰਕਾਰ ਦਾ ਹਿੱਸਾ ਹੁੰਦੇ ਨੇ ਜਿਹਨੂੰ ਅਸੀਂ ਚੁਣਦੇ ਆਂ ਬਸ ਉਹ ਸਰਕਾਰ ਦਾ ਹਿੱਸਾ ਨੇ ਉਹ ਸਾਡੇ ਨੁਮਾਇੰਦੇ ਹੁੰਦੇ ਨੇ ਵੀ ਦਫਤਰੀ ਕੰਮਾਂ ਦੇ ਵਿੱਚ ਜਿਹੜੀ ਖੱਜਲ ਖਵਾਰੀ ਹੋ ਰਹੀ ਹੈ ਉਹਦੇ ਵਿੱਚ ਸਾਡਾ ਖੁਦ ਦਾ ਕਿੰਨਾ ਕੁ ਯੋਗਦਾਨ ਹੈ ਉਹਨੂੰ ਵੀ ਅਸੀਂ ਜਿਹੜਾ ਹੈਗਾ ਜਦੋਂ ਵੀ ਕਿਤੇ ਸਾਨੂੰ ਇਸ ਤਰ੍ਹਾਂ ਹੁੰਦਾ ਹੈ ਕਿਤੇ ਵੀ ਅਸੀਂ ਖੱਜਲ ਖੁਆਰ ਹੁੰਨੇ ਆ ਉਹਦੋਂ ਇੱਕ ਠੰਡੇ ਪਾਣੀ ਦਾ ਗਲਾਸ ਪੀ ਕੇ ਸਾਨੂੰ ਥੋੜਾ ਜਿਹਾ ਇਹ ਸੋਚਣਾ ਚਾਹੀਦਾ ਵੀ ਇਹਦੇ ਵਿੱਚ ਹਿੱਸੇਦਾਰ ਕਿਤੇ ਮੈਂ ਤਾਂ ਨਹੀਂ ਕਿਉਂਕਿ ਸਾਡਾ ਦੇਸ਼ ਜਿਹੜਾ ਇੱਕ ਧਾਰਮਿਕ ਦੇਸ਼ ਆ ਅਸੀਂ ਧਰਮ ਨੂੰ ਰੱਬ ਨੂੰ ਬੜੇ ਵੱਡੇ ਪੱਦਰ ਤੇ ਮੰਨਦੇ ਆ ਨਾਸਤਿਕ ਲੋਕ ਨੇ ਜਿਹੜੇ ਰੱਬ ਨੂੰ ਨਾ ਮੰਨਣ ਵਾਲੇ ਉਹ ਇੱਥੇ ਬਹੁਤ ਘੱਟ ਗਿਣਤੀ ਚ ਨੇ ਉਹਦੇ ਵਿੱਚ ਧਰਮ ਦੇ ਵਿੱਚ ਇਹ ਕਿਹਾ ਜਾਂਦਾ ਵੀ ਕਰਮਾਂ ਦਾ ਫਲ ਕਰਮਾਂ ਦਾ ਫਲ ਹੁਣ ਅਸੀਂ ਨੇ ਵੋਟ ਪਾ ਕੇ ਬੰਦਾ ਚੁਣ ਲਿਆ ਉਹ ਵੱਡਰਿਆ ਲੋਕਾਂ ਦੇ ਗਲ ਲੋਕਾਂ ਨੂੰ ਤੜਫਾਰੇ ਆਇਗਾ ਰਿਸ਼ਵਤਾਂ ਲੈ ਰਿਹਾ ਹੈ ਕੀ ਉਹਦਾ ਜਿਹੜੀ ਉਹਨੂੰ ਤਾਕਤ ਦਿੱਤੀ ਉਹ ਉਹ ਵੋਟ ਦੇ ਵਿੱਚ ਮੇਰਾ ਨਹੀਂ ਹਿੱਸਾ ਆਏਗਾ ਉਹ ਤਾਕਤ ਦੇਣ ਦੇ ਵਿੱਚ ਤਾਕਤ ਤਾਂ ਉਹਨੂੰ ਤਾਂ ਹੀ ਮਿਲੀ ਨਾ ਕੋਈ ਵੀ ਰਿਸ਼ਵਤ ਖੋਰੀ ਕਰਨ ਦੀ ਜਾਂ ਹੋਰ ਕੋਈ ਨਜਾਇਜ਼ਤੰਦੇ ਕਰਨ ਦੀ ਜੇ ਉਹਨੂੰ ਵੋਟ ਪਾ ਕੇ ਅਸੀਂ ਨੇ ਐਮ ਐਲ ਏ ਐਮ ਪੀ ਬਣਾਇਆ ਉੱਥੇ ਵੀ ਸਾਨੂੰ ਜਿਹੜਾ ਥੋੜਾ ਠੰਮੇ ਦੇ ਨਾਲ ਜਿਹੜਾ ਸੋਚਣ ਦੀ ਲੋੜ ਹੈਗੀ ਹੈ ਔਰ ਇਹ ਸਾਰਾ ਕੁਝ ਕਰ ਲਿਆ ਇਹ ਇੱਕ ਕੜੀ ਦੇ ਤਹਿਤ ਹੈ ਹੁਣੇ ਜਿਹੜੀ ਐ ਇਸ ਤੋਂ ਬਾਅਦ ਅਸੀਂ ਸੋਚਾਂਗੇ ਵੀ ਸਾਨੂੰ ਦਿਮਾਗ ਚ ਆਉਂਦਾ ਵੀ ਚਲੋ ਇੰਨਾ ਕੁਝ ਕਰ ਲਿਆ ਸੀਨੇ ਦੋ ਪੜਾ ਲੰਘ ਲਏ ਤੀਜਾ ਪੜਾ ਹੈਗਾ ਵੀ ਅਸੀਂ ਨੇ ਬੰਦੇ ਠੀਕ ਵੀ ਚੁਣ ਕੇ ਭੇਜਤੇ ਅਸੀਂ ਆਪਣੇ ਆਪ ਨੂੰ ਵੀ ਪਛਾਣ ਲਿਆ ਪਰ ਕਈ ਵਾਰੀ ਸਰਕਾਰਾਂ ਫੇਰ ਵੀ ਸੁਚਾਰੂ ਰੂਪ ਦੇ ਵਿੱਚ ਕੰਮ ਨਹੀਂ ਕਰਦੀਆਂ ਚਾਹੇ ਸਰਕਾਰ ਦਿੱਲੀ ਦੀ ਹੋਵੇ ਚਾਹੇ ਪੰਜਾਬ ਦੀ ਹੋਵੇ ਚਾਹੇ ਕਿਸੇ ਅਦਰ ਸਟੇਟ ਦੀ ਹੋਵੇ ਵੀ ਉਹ ਸਰਕਾਰਾਂ ਆਪਣੇ ਆਪ ਦੇ ਵਿੱਚ ਸੁਚਾਰੂ ਰੂਪ ਦੇ ਵਿੱਚ ਕੰਮ ਕਿਵੇਂ ਕਰਨ ਇਹ ਵੀ ਸੂਝਵਾਨ ਪੰਜਾਬੀਆਂ ਨੂੰ ਮੇਰਾ ਸੱਦਾ ਦਿਨਾ ਵੀ ਆਸੀਂ ਇਹ ਤਿੰਨੋਂ ਹੀ ਗੱਲਾਂ ਸਾਡੀ ਵੋਟ ਦਾ ਹੱਕਦਾਰ ਕੌਣ ਹੈ ਦਫਤਰੀ ਕੰਮਾਂ ਦੇ ਵਿੱਚ ਜਾਂ ਕਿਤੇ ਵੀ ਹੋਰ ਸਾਡੀ ਹੋ ਰਹੀ ਖੱਜਲ ਖੁਆਰੀ ਜਿੱਥੇ ਵੀ ਸਾਨੂੰ ਸਾਡੇ ਨਾਲ ਨਾ ਇਨਸਾਫੀ ਹੁੰਦੀ ਹੈ ਕੀ ਆਸੀਂ ਉਹਦੇ ਵਿੱਚ ਖੁਦ ਵੀ ਜ਼ਿੰਮੇਵਾਰ ਤਾਂ ਨਹੀਂ ਹੈਗੇ ਸਾਡਾ ਉਹਦੇ ਵਿੱਚ ਕਿੰਨਾ ਕੁ ਹਿੱਸਾ ਹੈ ਅਤੇ ਸਰਕਾਰਾਂ ਸਚਾਰੂ ਰੂਪ ਦੇ ਵਿੱਚ ਕੰਮ ਕਿਵੇਂ ਕਰਨ ਇਹ ਵੀ ਜੇ ਅਸੀਂ ਆਪਣੀ ਜ਼ਿੰਮੇਵਾਰੀ ਨੂੰ ਪਛਾਣ ਲਾਂਗੇ ਨਾ ਪਹਿਲਾਂ ਮੰਨ ਲਓ ਇੱਕ ਪਬਲਿਕ ਟਾਇਲਟ ਦੀ ਮੈਂ ਉਦਾਹਰਨ ਲੈਣਾ ਵੀ ਉਹ ਜੇ ਆਸੀਂ ਅੰਗਰੇਜ਼ਾਂ ਦੀ ਗੱਲ ਕਰ ਲਈ ਤਾਂ ਉਹ ਇਹ ਕਾਰਡ ਉਹਨਾਂ ਦੀ ਹੈਗੀ ਹੈ ਇੰਗਲਿਸ਼ ਸ਼ੀਟਾਂ ਵਾਲੀ ਹੋਰ ਜੇ ਉਹ ਵੀ ਸਾਨੂੰ ਲੱਗਦਾ ਵੀ ਉਹ ਤਾਂ ਪ੍ਰੋਪਰ ਪਾਣੀ ਵਗੈਰਾ ਉੱਥੇ ਛੱਡ ਕੇ ਆਉਂਦੇ ਨੇ ਉਹਦੀ ਸਾਫ ਸਫਾਈ ਉੱਥੇ ਕਰਦਾ ਇਹਨਾਂ ਨਹੀਂ ਪਾਉਂਦੇ ਪਰ ਸਾਡੇ ਇੱਥੇ ਜਿਹੜਾ ਹੁੰਦਾ ਵੀ ਐਸੇ ਜਦੋਂ ਕਿਸੇ ਦੇ ਮੈਲੇਜੇ ਕੱਪੜੇ ਹੁੰਦੇ ਨੇ ਉਹਦੀ ਜੇਬ ਵਿੱਚ ਪੈਸੇ ਨਹੀਂ ਹੁੰਦੇ ਉਹ ਅੰਦਰ ਕਿੰਨਾ ਗੰਦ ਪਾਇਆ ਹੋਇਆ ਸੀ ਇਹ ਸਮਝਦੇ ਆ ਵੀ ਉਹਨੂੰ ਟੁਆਲਟ ਵਰਤਣ ਹੀ ਨਹੀਂ ਆਉਂਦੀ ਬਿਲਕੁਲ ਗਲਤ ਗੱਲ ਹੈ ਚਾਹੇ ਭਿਖਾਰੀ ਵੀ ਹੋਵੇ ਉਹਨੂੰ ਇੱਕ ਆਪਣੀ ਸੁਵਿਧਾ ਦੀ ਚੀਜ਼ ਵਰਤਣੇ ਕਿਉਂ ਨਹੀਂ ਆਉਂਦੀ ਵੀ ਜੇ ਜੇਬ ਵਿੱਚ ਪੈਸੇ ਹੋਣਗੇ ਐਸੇ ਦਾ ਕਲ ਨਾਲ ਸਬੰਧ ਹੀ ਕੋਈ ਨਹੀਂ ਹੈਗਾ ਇਸ ਕਰਕੇ ਇਹ ਸਾਰੇ ਕੰਮ ਸਰਕਾਰਾਂ ਸਚਾਰੂ ਰੂਪ ਦੇ ਵਿੱਚ ਵੀ ਤਾਂ ਹੀ ਚੱਲਣਗੇ ਆ ਜੇ ਅਸੀਂ ਉਹਨਾਂ ਦੇ ਨਾਲ ਸਹਿਯੋਗ ਵੱਧ ਹੋਵਾਂਗੇ ਆਪਣੇ ਗਲੀਆਂ ਨਾਲੀਆਂ ਉੱਚੇ ਚੱਕਣ ਤੋਂ ਜਾਂ ਆਪਣੇ ਘਰ ਉੱਚੇ ਚੱਕਣ ਤੋਂ ਗੁਰੇਜ਼ ਕਰਾਂਗੇ ਜਾਂ ਨਜਾਇਜ਼ ਕਬਜ਼ੇ ਕਰਨ ਤੋਂ ਗੁਰੇਜ਼ ਕਰਾਂਗੇ ਵੱਟਾਂ ਖਾਲਾਂ ਵਿੱਚ ਵੜਨ ਤੋਂ ਗੁਰੇਜ਼ ਕਰਾਂਗੇ ਸਚਾਰਾਂ ਸਰਕਾਰਾਂ ਵੀ ਸਚਾਰੂ ਰੂਪ ਦੇ ਵਿੱਚ ਇਸ ਤਰ੍ਹਾਂ ਅੱਗੇ ਅੱਗੇ ਸਾਡੇ ਜਿਹੜੇ ਫਿਰ ਸੰਜਪ ਸਮਾਜ ਦੀ ਬੇਤਰੀ ਵਾਲਾ ਸੀ ਕਦਮ ਵਧਾ ਸਕਦੇ ਆ ਔਰ ਇਹਨਾਂ ਕਹਿੰਦਾ ਹੋਇਆ ਸਤ ਸ਼੍ਰੀ ਅਕਾਲ ਜੀ